बंटी ऑमलेट खा ली, भूतां दे चक्कर च ना रही। की गल यार, अज लेट नहीं होगी? ले आंडे नहीं ले सी, हो सकता साडे लिए आमलेट बना के लिया रहे हुए। ठीक है, अज लेट हो गई। चलो हम दवा दो पीछे चल, नहीं तो असी लेट हो जाना। ਕੀ ਗੱਲ, ਸਾਈਕਲ ਰੋਕਤਾ, ਕਲਾਸ ਨਹੀਂ ਜਾਣਾ? ਅੱਜ ਤਾਂ ਤੂੰ ਲੇਟ ਵੀ ਹੋ ਗਈ। ਮੈਂ ਤਾਂ ਕਹਿੰਦਾ ਸਾਈਕਲ ਨੂੰ ਮਾਰ ਗੋਲੀ, ਆ ਜਾ ਸਾਡੇ ਵਿੱਚ ਬੈਠ, ਅਸੀਂ ਤੈਨੂੰ ਦਵਾ ਦਵਾ ਕਲਾਸ ਛੱਡ ਕੇ ਆਉਂਦੇ ਹਾਂ। ਚੱਲ ਆ ਜਾ। ਚੱਲ ਬਹਿ ਜਾ ਹੁਣ, ਕੀ ਸੋਚਦੀ? ਚੱਲ ਆ ਜਾ। ਮੈਂ ਸੋਚ ਰਹੀ ਸੀ ਮੈਂ ਅੱਜ ਕਲਾਸ ਜਾਵਾਂ ਹੀ ਨਾ। ਚੱਲ ਫਿਰ ਘਰ ਵਾਪਸ, ਅਸੀਂ ਆਏ ਤੇਰੇ ਪਿੱਛੇ ਪਿੱਛੇ। ਹਾਂ ਤੇਰੇ ਘਰ ਚੱਲਦੇ ਹਾਂ, ਉੱਥੇ ਤੇਰੇ ਪਿਓ ਨੂੰ ਵੀ ਬੁਲਾ ਲਾਂਗੇ। ਕੀ ਖਿਆਲ ਹੈ? ਨਾਲੇ ਅੱਜ ਦੋਨਾਂ ਦੀ ਕਲਾਸ ਲੱਗ ਜੂ। ਕੀ ਸੋਚਦੇ ਆ? ਤਿੱਤਰ ਹੋ ਜਾਓ, ਨਹੀਂ ਛਿੱਤਰ ਬਹੁਤ ਪੈਣਗੇ। ਕੀ ਗੱਲ, ਜਾਣਾ ਨੀ? ਤੇਲ ਮੁੱਕ ਗਿਆ ਹੋਣਾ, ਕਮਾਂ ਨੇ ਪੈਸੇ ਨਹੀਂ ਦਿੱਤੇ ਤੇਲ ਪਵਾਉਣ ਨੂੰ। ਘਰ ਜਾ ਕੇ ਪਿਓ ਨਾਲ ਕੰਮਾਂ ਕਾਰਾਂ ਚ ਹੱਥ ਵਟਾਓ, ਕੁੜੀਆਂ ਵਾਧੂ ਮਿਲ ਜਾਣਗੀਆਂ। ਬੁਲਾਇਆ ਸਰ? ਹਾਂ ਆ ਜਾ, ਅੰਦਰ ਆ ਜਾ। ਹਾਂਜੀ ਦੱਸੋ। ਸੁਖੀ ਦੱਸ ਰਹੀ ਸੀਗੀ ਤੈਨੂੰ ਲੱਖ ਰੁਪਏ ਦੀ ਲੋੜ ਹੈਗੀ। ਹਾਂਜੀ, ਹਜੇ 15,000 ਇਕੱਠਾ ਹੋਇਆ। ਉਹ 15 ਜਿਹੜੇ ਉਹ ਵੀ ਆਪਣੇ ਕੋਲ ਸਾਭ ਕੇ ਰੱਖ ਲਈ, ਤੇ ਮੇਰੇ ਕੋਲ ਤੂੰ ਪੂਰੇ 1,00,000 ਲੈ ਲਈ। ਥੈਂਕ ਯੂ ਸਰ, ਮੈਂ ਤੁਹਾਨੂੰ 1 ਮਹੀਨੇ ਚ ਵਾਪਸ ਕਰ ਦਵਾਂਗੀ ਜੀ। ਓਹੋ, ਇਹ ਤਾਂ ਤੂੰ ਕੱਲ ਵੀ ਮੋੜ ਸਕਦੀ ਹੈ। ਕੱਲ ਕਿੱਦਾਂ? ਮੈਂ ਸਮਝੀ ਨਹੀਂ ਜੀ। ਓਹੋ, 2-4 ਦਿਨ ਆਪਾਂ ਇਕੱਠੇ ਘੁੰਮਣ ਚੱਲਦੇ ਹਾਂ, ਤੇਰਾ ਕਰਜ਼ਾ ਵੀ ਉਤਰ ਜਾਓ, ਨਾਲ ਨਾਲ ਦੋਹਾਂ ਨੂੰ ਸਵਾਦ ਵੀ ਆ ਜਾਊ। ਬਤਰਾ ਜੀ, ਮੈਂ ਨਾ ਤੁਹਾਡੀ ਫੈਮਿਲੀ ਦੀ ਬਹੁਤ ਇੱਜ਼ਤ ਕਰਦੀ ਹਾਂ, ਜੇ ਆਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਨਾ, ਮੈਂ ਉਹਦੇ ਨਾਲ ਘੁੰਮਣ ਤਾਂ ਜਾਂਦੀ, ਪਰ ਉੱਥੇ ਜਾ ਕੇ ਉਹਦੇ ਦੋਵੇਂ ਗੁਰਦੇ ਵੇਚ ਦਿੰਦੀ ਤੇ ਆਪਦੀ ਭੈਣ ਦੀ ਫੀਸ ਭਰ ਦਿੰਦੀ। ਆਪਦੀ ਹੱਦ ਵਿੱਚ ਰਹੋ ਬਤਰਾ ਸਰ। ਲੈ ਤੂੰ ਤਾਂ ਗੁੱਸਾ ਹੀ ਕਰ ਗਈ, ਮੈਂ ਤਾਂ ਇੱਕ ਪ੍ਰਪੋਜ਼ਲ ਦਿੱਤਾ ਸੀ ਬਸ। ਤੁਸੀਂ ਮੇਰੇ ਪਿਛਲੇ ਮਹੀਨੇ ਦੀ ਤਨਖਾਹ ਦੇ ਦਿਓ, ਇੰਨਾ ਹੀ ਬਹੁਤ ਹੋਊਗਾ। ਕਿਉਂ ਬਾਈ, ਅੱਜ ਫਿਰ ਚਾਬੀ ਗਵਾਤੀ? ਨਹੀਂ ਨਹੀਂ। ਉਹ ਫਿਰ ਅੰਦਰ ਕਿਉਂ ਨਹੀਂ ਜਾਂਦਾ? ਅੰਦਰ ਜਾ ਤਾਂ। ਨਹੀਂ ਨਹੀਂ, ਮੈਨੂੰ ਕੱਲ ਡਰ ਲੱਗਦਾ, ਜਦ ਮਾਸੀ ਆਊਗੀ ਫਿਰ ਅਸੀਂ ਇਕੱਠੇ ਅੰਦਰ ਜਾਵਾਂਗੇ। ਲੈ ਵੀ ਨਿਕੂਆ, ਗੱਡੀ ਲਾ ਸਟੈਂਡ ਤੇ, ਅੱਜ ਇਹਦਾ ਡਰ ਕੱਢਦੇ ਆ। ਓਏ ਅੱਜ ਅਸੀਂ ਜਾਵਾਂਗੇ ਤੇਰੇ ਨਾਲ ਅੰਦਰ, ਦੇਖਦਾ ਤੈਨੂੰ ਕੌਣ ਡਰਾਉਂਦਾ। ਲਿਆ ਚਾਬੀ, ਚੱਲ ਆ ਜਾ।
ਓਏ ਠਰਕੀ ਆਲਾ ਫੜ ਸੇਖਾ ਓਏ 2 ਮਿੰਟ ਸੰਗ ਲੈਣ ਦਿੰਦਾ ਤਾਂ ਤੇਰਾ ਕੀ ਘਸ ਜਾਂਦਾ ਮੈਨੂੰ ਸਮਝ ਨਹੀਂ ਲੱਗਦੀ ਤੈਨੂੰ ਇੱਥੇ ਕਿਸ ਚੀਜ਼ ਦਾ ਡਰ ਲੱਗਦਾ ਸਾਡੇ ਘਰ ਚ ਭੂਤ ਆ ਤੇਰੇ ਘਰ ਕੋਈ ਭੂਤ ਨਹੀਂ ਹੈ ਬਸ ਸੋਹਣੀਆਂ ਸੋਹਣੀਆਂ ਦੋ ਪਰੀਆਂ ਹੈ ਤੇ ਉਹ ਦੇਖ ਇੱਕ ਆ ਗਈ डर बिलकुल जाएगा जे अगली बार अंदर आए ना तो चाह तो मैं तरूंगी पर पियाऊंगी नहीं गरम गरम मुंह ते पाऊंगी दफा हो जाओ ਇਹਨਾਂ ਨੂੰ ਕਿਉਂ ਅੰਦਰ ਵਾੜਿਆ ਸੀ ਦੱਸ ਮੈਨੂੰ ਮਾਸੀ ਮੈਨੂੰ ਅੰਦਰ ਜਾਣ ਚ ਡਰ ਲੱਗ ਰਿਹਾ ਸੀ ਇੱਕ ਕੰਮ ਕਰ ਸਾਰੇ ਪਿੰਡ ਨੂੰ ਅੰਦਰ ਵਾੜ ਲੈ ਤੇਰਾ ਡਰ ਇਕੱਠਾ ਹੀ ਨਿਕਲ ਜੂ ਅੱਜ ਕੀ ਹੋਇਆ ਜੋ ਤੂੰ ਡਰ ਗਿਆ ਮਾਸੀ ਮੈਂ ਤਾਲਾ ਖੋਲ ਰਿਹਾ ਸੀ ਫਿਰ ਜਦੋਂ ਮੈਂ ਬੂਹਾ ਖੋਲ ਰਿਹਾ ਸੀ ਉਹ ਭੂਤ ਭੋਰੇ ਚ ਵੜ ਗਿਆ ਸਾਲ ਅੱਜ ਮੈਂ ਤੇਰਾ ਡਰ ਪੱਕਾ ਹੀ ਕੱਢ ਦਿੰਨੀ ਆ ਆ ਦੇਖ ਅੱਜ ਤੇਰਾ ਡਰ ਪੱਕਾ ਇਸ ਚਾਬੀ ਨਾਲ ਭੋਰੇ ਚ ਬੰਦ ਕਰਤਾ ਹੁਣ ਆਰਾਮ ਨਾਲ ਸੌਵੀ ਭੋਰੇ ਚ ਬਾਹਰ ਨੀ ਆਊਗਾ ਭੋਰੇ ਚ ਹੀ ਰਹੂਗਾ ਰਹੂਗਾ ਤਾਂ ਘਰ ਦੇ ਅੰਦਰ ਹੀ ਨਾ ਚਾਬੀ ਦੇ ਮੈਨੂੰ ਨਿਆਣਾ ਭੂਤ ਪ੍ਰੇਤ ਦੀਆਂ ਗੱਲਾਂ ਕਰ ਰਿਹਾ ਸੀ ਤਾਂ ਐ ਨੀ ਵੀ ਉਹਨੂੰ ਸਮਝਾ ਦਾਂ ਉੱਤੋਂ ਤਾਲਾ ਲਾ ਕੇ ਸਾਬਤ ਕਰਤਾ ਵੀ ਘਰ ਚ ਭੂਤ ਹੈ ਇਹਨੂੰ ਤਾਂ ਮੈਂ ਕੱਢਦੀ ਹਾਂ ਅੱਜ ਭੂਤ ਨੂੰ ਬਾਹਰ ਡਰਾਂਗਾ ਫੜ ਕੇ ਰੱਖ ਇਹਨੂੰ ਕਿੱਥੇ ਆ ਭੂਤ ਦੱਸ ਮੈਨੂੰ ਕਿੱਥੇ ਆ ਹੈ ਇੱਥੇ ਆ ਹੈ ਕਿੱਥੇ ਆ ਭੂਤ ਦੱਸ ਮੈਨੂੰ ਅੱਜ ਤੋਂ ਬਾਅਦ ਇਸ ਘਰ ਵਿੱਚ ਕੋਈ ਭੂਤ ਨਹੀਂ ਆ ਸਮਝ ਗਏ